ਸਤਿ ਸ਼੍ਰੀ ਅਕਾਲ ਜੀ ਰੋਇਲ ਕਲੈਕਸ਼ਨ ਐਂਡ ਬੁਟੀਕ ਰੈਸ਼ ਪੈਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਵੈਲਵਟ ਦੇ ਸੂਟ ਬਹੁਤ ਪਿਆਰੇ ਸੂਟ ਨੇ ਸਭ ਤੋਂ ਪਹਿਲਾਂ ਦੱਸਦੀ ਹਾਂ ਜੀ ਅਸੀਂ ਕੱਲ੍ਹ ਸਾਡੀ ਸ਼ੋਪ 'ਤੇ ਬਹੁਤ ਜ਼ਿਆਦਾ ਰਸ਼ ਸੀਗਾ ਮਤਲਬ ਕਿ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਅਤੇ ਹਾਲੇ ਅਸੀਂ ਕੂਪਨ ਕੱਢਣੇ ਵੀ ਸੀਗੇ ਸਰ ਤੋਂ ਮਤਲਬ ਕੱਲ੍ਹ ਬਹੁਤ ਸਾਰਾ ਸਵੇਰ ਤੋਂ ਹੀ ਬਿਜ਼ੀ ਰਹੇ ਅਸੀਂ ਤਾਂ ਕਰਕੇ ਕੂਪਨ ਨਹੀਂ ਕੱਢੇ ਕੱਲ੍ਹ ਵਾਲੀ ਵੀਡੀਓ ਦੇ ਅਤੇ ਅੱਜ ਅਸੀਂ ਕੱਢਾਂਗੇ ਜੀ ਦੋਨਾਂ ਵੀਡੀਓ ਦੇ ਇਕੱਠੇ ਕੂਪਨ ਜੀ ਅਸੀਂ ਅੱਜ 10 ਨੰਬਰ ਅਨਾਊਂਸ ਕਰਾਂਗੇ ਠੀਕ ਹੈ ਅਲੱਗ ਅਲੱਗ ਕੱਢ ਦਾਂਗੇ ਦੋਨਾਂ ਵੀਡੀਓ ਦੇ ਅਤੇ ਅੱਜ ਤੁਹਾਨੂੰ ਦੇ ਰਹੇ ਹਾਂ ਅਸੀਂ ਵੈਲਵਟ ਦੇ ਸੂਟ ਉਹ ਵੀ ਘੱਟ ਰੇਟ ਦੇ ਵਿੱਚ ਮੈਂ ਤੁਹਾਨੂੰ ਦੇ ਰਹੀ ਹਾਂ 5505,000 ਵਾਲੇ ਸੂਟ ਸਾਰੇ 4800 ਦੇ ਵਿੱਚ ਠੀਕ ਹੈ ਜੀ 4800 ਦੇ ਵਿੱਚ ਸੂਟ ਦੇ ਰਹੀ ਹਾਂ ਵੈਲਵਟ ਦੇ ਸੂਟ ਨੇ ਕਾਫੀ ਜ਼ਿਆਦਾ ਡਿਮਾਂਡ ਰਹੀ ਸੀਗੀ ਕੁਛ ਇੱਕ ਸੈੱਟ ਉੱਦਾਂ ਦੇ ਕਿ ਜਿਨ੍ਹਾਂ ਦੀ ਕਾਫੀ ਸਾਰੀ ਡਿਮਾਂਡ ਹੈ ਅਤੇ ਬਾਕੀ ਸੈੱਟ ਤੁਹਾਨੂੰ ਬਿਲਕੁਲ ਨਵੇਂ ਦੇ ਰਹੇ ਹਾਂ ਬਹੁਤ ਸੋਹਣੇ ਸੂਟ ਨੇ ਜੀ ਪਾਰਟੀ ਵੇਅਰ ਸੂਟ ਨੇ ਅਤੇ ਆਫਰ ਦੇ ਦਿਨ ਰਹਿ ਗਏ ਸਿਰਫ 2 ਅਤੇ ਤੁਸੀਂ ਵੀਡੀਓ ਨੂੰ ਦੱਸ ਕੇ ਸ਼ੇਅਰ ਕਰੋ ਅਤੇ ਕਮੈਂਟ ਕਰੋ ਚੈਨਲ ਕਰੋ ਸਬਸਕ੍ਰਾਈਬ ਫਿਰ ਅਸੀਂ ਤੁਹਾਨੂੰ ਵੀ ਦਿੰਦੇ ਹਾਂ ਸੋਹਣੇ ਸੋਹਣੇ ਜਿਹੇ ਸੂਟ ਇਹ ਹੈਗਾ ਜੀ ਵੈਲਵਟ ਦੇ ਠੀਕ ਹੈ ਜੀ ਵੈਲਵਟ ਬਹੁਤ ਸੌਫਟ ਅਤੇ ਹੈ ਜਿਹੜੀ ਆਪਾਂ 1100 ਰੁਪਏ ਮੀਟਰ ਵਾਲੀ ਪਿਓਰ ਵੈਲਵਟ ਲੈਂਦੇ ਹਾਂ ਡਾਈ ਕਰਵਾਉਂਦੇ ਹਾਂ ਪਿਓਰ ਵਾਲੀ ਵੈਲਵਟ ਆ ਲੈਸ ਵਿੱਚ ਤਾਰ ਦੇ ਰਹੇ ਹਾਂ ਕਿਉਂਕਿ ਕੁਆਂਟਿਟੀਆਂ ਦੇ ਵਿੱਚ ਸਟੋਕ ਹੈ ਜੀ ਹੁਣ ਫਿਰ ਸੇਲ ਲਾਉਣ ਕਰਕੇ ਮੈਨੂੰ ਸਾਰੇ ਸੂਟ ਕਾਫੀ ਸਾਰਾ ਕੁਆਂਟਿਟੀ 'ਚ ਮੰਗਾਉਣੇ ਪੈਂਦੇ ਆ ਫਿਰ ਹੁਣ ਜਦੋਂ ਮਤਲਬ ਅਸੀਂ ਰੈਗੂਲਰ ਵੀਡੀਓ 'ਤੇ ਆ ਜਾਵਾਂਗੇ ਤਾਂ ਇਹਨਾਂ ਦੇ ਪ੍ਰਾਈਸ ਹੋਈ 100-200 ਅੱਪ ਹੋ ਹੀ ਜਾਣਗੇ ਸਾਰੇ ਸੂਟਾਂ ਦੇ ਜਿੰਨੇ ਵੀ ਤੁਹਾਨੂੰ ਦਿਖਾ ਰਹੀ ਹਾਂ ਠੀਕ ਹੈ ਇਹ ਹੈਗੀ ਪਿਓਰ ਵਾਲੀ ਵੈਲਵਟ ਅਤੇ ਡਿਜ਼ਾਇਨਿੰਗ ਦੇਖਿਓ ਜੀ ਕੁਛ ਅਲੱਗ ਲੈ ਕੇ ਆਏ ਹਾਂ ਬਿਲਕੁਲ ਹਟ ਕੇ ਜੇ ਅਤੇ ਸਾਰੇ ਇਹ ਬਣਿਆ ਤਾਂ ਮਸ਼ੀਨੀ ਵਰਕ ਦੇ ਨਾਲ ਹੋਇਆ ਪਰ ਹੈਗਾ ਬਿਲਕੁਲ ਅਲੱਗ ਹੈ ਜੀ ਬਹੁਤ ਪਿਆਰਾ ਇਹਦਾ ਕੰਮ ਵੀ ਬਹੁਤ ਸੋਹਣਾ ਹੋਇਆ ਵਿਆ ਇਸ 'ਤੇ ਅਤੇ ਸਟੱਫ ਵੀ ਬਹੁਤ ਜ਼ਿਆਦਾ ਫਾਈਨ ਆ ਹਾਈਲਾਈਟ ਕੀਤਾ ਹੋਇਆ ਸਾਰੇ ਨੂੰ ਕਟਦਾਣੇ ਦੇ ਨਾਲ ਅਤੇ ਤਿੱਲੇ ਦੇ ਨਾਲ ਕੀਤਾ ਹੋਇਆ ਨਾਲ ਰਹੂਗੀ ਜੀ ਪਿਓਰ ਪਸ਼ਮੀਨੇ ਦੀ ਸਲਵਾਰ ਇਹਦੇ ਪਿਓਰ ਪਸ਼ਮੀਨੇ ਦੀ ਸਲਵਾਰ ਆ ਪੈਂਟ ਸਲਵਾਰ ਕੁਛ ਮਰਜ਼ੀ ਬਣਾ ਸਕਦੇ 2.5 ਮੀਟਰ ਦਾ ਫੈਬਰਿਕ ਆ ਠੀਕ ਹੈ ਜੀ ਨਾਲ ਦੇ ਰਹੇ ਹਾਂ ਤੁਹਾਨੂੰ ਇੱਦਾਂ ਕੰਟਰਾਸਟ ਜੇ ਕਲਰਫੁੱਲ ਜੇ ਇਹਨਾਂ ਦੇ ਦੁਪੱਟੇ ਜਿਹੜਾ ਵਰਕ ਦੇ ਵਿੱਚ ਜਿੰਨੇ ਵੀ ਕਲਰ ਨੇ ਸਾਰੇ ਦੁਪੱਟੇ ਦੇ ਵਿੱਚ ਨੇ ਇਹਦੇ ਬਹੁਤ ਸੋਹਣਾ ਸੂਟ ਆ ਅਤੇ ਪ੍ਰਾਈਸ ਰਹੂਗਾ 4800 ਦੇਖੋ ਜੀ ਸੂਟ ਠੀਕ ਹੈ ਕਲਰ ਆਪਸ਼ਨ ਦੇਖ ਲਓ ਜੀ ਮਹਿੰਦੀ ਕਲਰ ਆ ਮੈਂ ਤੁਹਾਨੂੰ ਇੱਦਾਂ ਹੀ ਦਿਖਾ ਦਿੰਦੀ ਹਾਂ ਬਾਕੀ ਤੁਹਾਨੂੰ ਫੋਟੋ 'ਚ ਸਟਾਈਲ ਸਮਝ ਆ ਜਾਏਗਾ ਨਹੀਂ ਪਰ ਖੋਲ ਕੇ ਦਿਖਾਉਂਦੇ ਹਾਂ ਸਾਰਿਆਂ ਦੇ ਡਿਜ਼ਾਈਨ ਅਲੱਗ ਅਲੱਗ ਨੇ ਇੱਦਾਂ ਕਿ ਇਹਨਾਂ ਦੀ ਪੈਕਿੰਗ ਬਹੁਤ ਸੋਹਣੀ ਹੋਈ ਵੀ ਹੁੰਦੀ ਆ ਇਹ ਹੈਗੇ ਜੀ ਇਹਦਾ ਸਟਾਈਲ ਬਹੁਤ ਸੋਹਣਾ ਕੋਰਨਰ ਸਟਾਈਲ ਬਣਿਆ ਹੋਇਆ ਸੈਂਟਰ ਦੇ ਵਿੱਚ 2 ਕਲੀਆਂ ਅਤੇ ਇਹ ਇੱਦਾਂ ਕੋਰਨਰ ਸਟਾਈਲ ਬਣਿਆ ਹੋਇਆ ਇੱਕ ਸਾਈਡ ਤੋਂ ਹੈਵੀ ਆ ਜਾਏਗਾ ਚੌਕੋਨ ਅਤੇ ਇੱਕ ਸਾਈਡ ਤੋਂ ਘੱਟ ਆ ਜਾਏਗਾ ਮਹਿੰਦੀ ਕਲਰ ਆ ਜੀ ਦੁਪੱਟੇ ਬਹੁਤ ਸੋਹਣੇ ਇਹਨਾਂ ਦੇ ਅਤੇ ਇਹ ਹੈਗੀ ਆ ਲੁੱਕ ਸੂਟ ਦੀ ਇਹ ਜਿਹੜਾ ਤੁਹਾਨੂੰ ਨੀਚੇ ਡਿਜ਼ਾਈਨ ਦਿਖਾਇਆ ਸੇਮ ਦੇ ਵਿੱਚ ਵਾਈਨ ਕਲਰ ਆ ਠੀਕ ਹੈ ਨੀਚੇ ਜਿਹੜਾ ਡਿਜ਼ਾਈਨ ਸਭ ਤੋਂ ਪਹਿਲਾਂ ਖੋਲ੍ਹ ਕੇ ਦਿਖਾਇਆ ਸੀਗਾ ਬਲੂ ਵਾਲਾ ਉਹਦੇ ਵਿੱਚ ਕਲਰ ਹੈ ਜੀ ਇਹ ਵਾਈਨ ਸ਼ੇਡ ਦਾ ਇਹ ਵੀ ਇਹਦੇ ਨਾਲ ਦਾ ਹੀ ਆ ਸੇਮ ਇਹ ਹੈਗਾ ਰਸਟੀ ਮੈਰੂਨ ਕਲਰ ਠੀਕ ਹੈ ਜੀ ਮੈਰੂਨ ਕਲਰ ਦੀ ਸਲਵਾਰ ਆ ਰਸਟ ਮੈਰੂਨ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਆ ਜੀ ਦੁਪੱਟੇ ਦਾ ਕੰਟਰਾਸਟ ਵੀ ਬਹੁਤ ਸੋਹਣਾ ਤੁਹਾਨੂੰ ਫੋਟੋ ਵਿੱਚ ਦੁਪੱਟੇ ਦੀ ਪ੍ਰੋਪਰ ਲੁੱਕ ਮਿਲੇਗੀ ਅਤੇ ਇੱਕ ਹੈਗਾ ਬਲੈਕ ਕਲਰ ਸਭ ਦਾ ਫੇਵਰੇਟ ਬਲੈਕ ਕਲਰ ਉਹ ਵੀ ਵੈਲਵਟ ਦੇ ਵਿੱਚ ਇਹ ਸਾਰੇ ਘੇਰਾ ਵਰਕ ਵਾਲੇ ਆ ਜਿਹੜਾ ਸਭ ਤੋਂ ਫਸਟ ਸੂਟ ਖੋਲਿਆ ਸੀਗਾ ਜੀ ਇੱਕ ਹੈਗਾ ਇਹ ਗ੍ਰੀਨ ਸ਼ੇਡ ਦੇ ਉੱਪਰ ਆ ਮਹਿੰਦੀ ਗ੍ਰੀਨ ਜਿਹਾ ਇੱਕ ਸੁੱਕੀ ਮਹਿੰਦੀ ਦੀ ਤਰ੍ਹਾਂ ਹੈ ਕਲਰ ਦੋਨੋਂ ਹੀ ਇੱਕ ਗੋਲਡਨ ਜਿਹਾ ਇਹ ਵਾਲਾ ਨਿਓਨ ਸ਼ੇਡ ਆ ਗਿਆ ਅਤੇ ਇੱਕ ਗ੍ਰੀਨ ਮਹਿੰਦੀ ਆ ਗਿਆ ਪ੍ਰਾਈਸ ਹੈਗਾ ਜੀ ਸਾਰਿਆਂ ਦਾ 4800 ਜਿਹੜਾ ਵੀ ਸੂਟ ਤੁਸੀਂ ਲੈਣਾ ਉਹਦੀ ਪਿੱਕ ਸੈਂਡ ਕਰ ਸਕਦੇ ਹੋ ਤੁਸੀਂ ਇੱਕ ਸੂਟ ਲਓਗੇ ਅਸੀਂ ਤੁਹਾਨੂੰ ਇੱਕ ਕੂਪਨ ਦੇਵਾਂਗੇ ਤੁਸੀਂ ਜਿੰਨੇ ਵੀ ਸੂਟ ਲੈਣੇ ਅਸੀਂ ਤੁਹਾਨੂੰ ਉਨੇ ਕੂਪਨ ਦੇਵਾਂਗੇ ਅਤੇ ਨੈਕਸਟ ਡੇ ਅਸੀਂ ਉਹਨਾਂ ਦਾ ਅਨਾਊਂਸ ਕਰਾਂਗੇ ਜੀ ਜਿਹੜਾ ਵੀ ਕੂਪਨ ਨਿਕਲਦਾ 5 ਜਣਿਆਂ ਦਾ ਅਸੀਂ ਉਹਨਾਂ ਨੂੰ ਫਿਰ ਆਪਣੇ ਤੌਰ 'ਤੇ ਗਿਫਟ ਸੈਂਡ ਕਰਾਂਗੇ ਜੀ
नैक्सट दिंदी हाँ जी थोनों कलर कंट्रास्ट वर्क सूटां दे हट के सारा कुछ वेलवेट प्योर ते रहूगी जी जिहड़ी आपां डाई कराउने आ उह वाली वेलवेट रहेगी वाली प्योर पश्मीने दी ये वाली सलवार है इहदे नाल ठीक है जी ते सूट दी लुक दिखाने आ थोनों ये हैगी है शर्ट का ये शर्ट का नैक बनया हुआ बहुत सोहना ठीक है तो साइड पर दिता हुआ जी बाजू का पैच तुसी इनू घेरे पर लगा सकते हो जा बाजू पर लगा सकते हो ये हैगी जी अपनी शर्ट प्लस ये नाल ये सॉरी बाजू ये हैवी दे विच ये बाजू का स्टाइल ना जिहड़ी पट्टी दिखाई है थोड़े घेरे पर आएगी बाजू हैवी ने दिया ते ए बनिया हुआ जी इहदी पेंट प्लाजो सलवार कुछ मर्जी बना सकते हो लूज प्लाजो भी बना सकते हो वर्क काफ़ी ज़्यादा किया हुआ जी ये सारा वर्क है जी इस पर यह लूज प्लाजो सलवार या पेंट कुछ मर्जी बनवा लो ठीक है ये बाजू हैवी दे विच आ गया नैक हैवी दे विच मतलब प्राइज अकॉर्डिंग बहुत ज़्यादा बेस्ट सूट दे रही है ये थोड़ा काफ़ी ज़्यादा वर्क किया हुआ सूट से ते नाल रहन के जी कलर इन्हां दे कंट्रास्ट दुपट्टे शाल ही नहीं वह भी वेलवेट के उपर स्टॉल आ बिल्कुल नवा पैटर्न आ जी वेलवेट के उपर स्टॉल मतलब कि जी लेंथ पूरी 2.5 मीटर की है तो विथ थोड़ी जी कट होएगी क्योंकि अगर वेलवेट से ही लेना तो काफ़ी ज़्यादा हैवी लुक हो जाएगी देखो ये बहुत प्यारे कटवर के बने हुए हैं ठीक है इदा की लुक है जी सूट दे सेम यही लुक आएगी सूट की जोड़ा बनया हुआ है पेंट ते भी वर्क आ दुपट्टे ते भी ते पूरे सूट ते 4800 प्राइस आ सूट का ते कलर दें जी न्योन कलर दे नाल पीकॉक कलर का कंट्रास्ट आनू फोटो ते डिजाइन दिख जाएगा सारा पेंट ते भी कम मिलेगा सारा फोटो च डिजाइन दिख जाएगा जी हैवी बाजू ने इन्हां दियां ते एक कलर दे रहे हैं थोनू इह बहुत प्यारा जिहा शेड आ न्योन शेड का दुपट्टा है ते कलर ये मरजेंटा भी नहीं कह सकते जी कलर नवा जिहा शेड आ बहुत सोहना हैगा पिंक टोन की मरजेंटा भी है देखो सूट पेंट भी प्रॉपर वर्क है सलवार ते फुल हैवी वर्क आ सॉरी स्लीवस ते फुल हैवी वर्क आ नैक आ फोर साइड वर्क दे नाल इहदा स्टॉल आ ते कलर ऑप्शन काफ़ी सारे आ तां करके खोल के नहीं दिखाते हैं कि अज असीं दो वाली दो वीडियो दे अनाउंस करने कूपन तां करके भी थोड़ा लेट हो गए ये देखो जी बहुत सोहना नैक ते वर्क आ ते इहदे नाल ही ग्रे स्टोन ते आ जिहड़ा इहदा कंट्रास्ट आ वाइन दे नाल सॉरी पीकॉक कलर दे नाल बहुत सोहना कंट्रास्ट आ ये हैगा जी मैरून कलर रेड मैरून दे नाल ब्लैक कलर का कंट्रास्ट देखो लुक सूट दी बहुत प्यारी लुक आ ये आ जाएगा जी इहदा ओपोजिट कलर ये ब्लैक सूट आ गया ते इहदे नाल आ गया जी मैरून कलर का दुपट्टा स्टॉल इहदा ते ये वाली आ गई जी लुक सूट दी 4800 प्राइस आ जिहड़ा भी सूट तुसी लैना लै सकदे हो 45 वाले सूट भी तुहानू अज असीं 48 दे रहे हां सॉरी 55 वाले 55 वाले सूट भी जिहड़े मैं पहला पाए सीगे वीडियो दे विच उह भी अज तुहानू लैस ते देवांगे उह मैं तुहानू सूट दिखावांगी हुण ठीक है जी ते इह हैगा इह बहुत प्यारा जिहा ग्रीन टोन दे नाल ब्राउन शेड आ प्राइस हैगा जी 4800 हाँ जी
ਤੇ ਇੱਕ ਨਵੇਂ ਸੂਟ ਨੇ ਇਹ ਪਹਿਲਾਂ ਮੈਂ ਪਾਏ ਸੀਗੇ 5500 ਦੇ ਸਾਡੇ ਕੋਲ ਅਜੇ ਵੀ ਸਟਿਚਿੰਗ ਕਰਨ ਵਾਸਤੇ ਪਏ ਨੇ ਸੂਟ ਰਿਕੁਐਸਟ ਹੈ ਜੀ ਜਿਨ੍ਹਾਂ ਨੂੰ ਅਸੀਂ 5500 ਦੇ ਦਿੱਤੇ ਹੋਏ ਆ ਉਹ 55 ਦੇ ਹੀ ਉਹਨਾਂ ਨੂੰ ਲੱਗਣਗੇ ਕਿਉਂਕਿ ਹੁਣ ਅਸੀਂ ਕੁਆਂਟਿਟੀਆਂ 'ਚ ਸਟੋਕ ਚੱਕਦੇ ਹਾਂ ਸੇਲ ਲਾਉਣ ਕਰਕੇ ਤਾਂ ਸਾਨੂੰ ਲੈਸ ਮਿਲਦਾ ਉਨਾ ਹੀ ਜਿੰਨੀ ਜ਼ਿਆਦਾ ਕੁਆਂਟਿਟੀ ਚੱਕਾਂਗੇ ਜੀ ਉਨਾ ਜ਼ਿਆਦਾ ਤੁਹਾਨੂੰ ਵੀ ਹਰ ਇੱਕ ਨੂੰ ਵੀ ਮਤਲਬ ਪ੍ਰੋਫਿਟ ਹੁੰਦਾ ਹੈ ਤਾਂ ਕਰਕੇ ਸੇਲਾਂ ਲਗਾ ਰਹੀ ਹਾਂ ਠੀਕ ਹੈ ਜੀ ਅਤੇ ਜਿਨ੍ਹਾਂ ਕੋਲ ਗਏ ਹੋਏ ਨੇ ਸੂਟ ਉਹਨਾਂ ਨੂੰ 55 ਨੇ ਮਿਲਣਗੇ ਜੀ ਅਤੇ ਜਿਨ੍ਹਾਂ ਨੂੰ ਅੱਜ ਦੇ ਰਹੇ ਇਹਨਾਂ ਨੂੰ 4800 ਦੇ ਮਿਲਣਗੇ ਨੈਕਸਟ ਵੀਡੀਓ ਜਦੋਂ ਵੀ ਲੈ ਕੇ ਆਵਾਂਗੇ ਵਿਦਆਊਟ ਆਫਰ ਜਾਂ ਉਹ ਆਪਾਂ ਪ੍ਰਾਈਜ਼ ਦੇਖਾਂਗੇ ਆਪਣੀ ਕੁਆਂਟਿਟੀ ਦੇ ਅਕੋਰਡਿੰਗ ਅਤੇ ਇਹ ਦੇਖੋ ਡਬਲ ਸ਼ੇਡ ਦੇ ਵਿੱਚ ਸੂਟ ਆ ਕਾਫੀ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੀ ਬਹੁਤ ਸਾਰੀ ਡਿਮਾਂਡ ਸੀ ਮਤਲਬ ਇਹਦਾ ਫਰੰਟ ਡਾਰਕ 'ਤੇ ਆ ਅਤੇ ਇਹਦੀਆਂ ਸਾਈਡਾਂ ਨੇ ਜਿਹੜੀਆਂ ਉਹ ਲਾਈਟ ਸ਼ੇਡ 'ਤੇ ਆ ਇੱਥੋਂ ਬਣ ਜਾਏਗਾ ਜੀ ਆਪਣਾ ਇੱਦਾਂ ਘੇਰਾ ਠੀਕ ਹੈ ਬਹੁਤ ਸੋਹਣੀ ਲੁੱਕ ਬਣਦੀ ਹੈ ਸੂਟ ਦੀ ਬਣਨ ਤੋਂ ਬਾਅਦ ਅਤੇ ਇਹਦਾ ਜਿਹੜਾ ਬੈਕ ਪੈਟਰਨ ਆ ਉਹ ਜਿਹੜਾ ਆਪਣਾ ਫਰੰਟ ਦਾ ਡਾਰਕ ਹੋਏਗਾ ਉਹਦੇ ਨਾਲ ਦਾ ਸੇਮ ਹੋਏਗਾ ਸਿੰਗਲ ਸ਼ੇਡ 'ਚ ਇਹ ਹੈਗੇ ਨੇ ਜੀ ਬਾਜੂ ਬਾਜੂ ਤੋਂ ਵੀ ਤੁਹਾਨੂੰ ਪ੍ਰੋਪਰ ਹੈਵੀ ਕੰਮ ਮਿਲੇਗਾ ਸਾਰਾ ਠੀਕ ਹੈ ਜੀ 4800 ਪ੍ਰਾਈਸ ਆ ਸੂਟ ਦਾ ਅਤੇ ਇਹਦੇ ਨਾਲ ਪਿਓਰ ਪਸ਼ਮੀਨੇ ਦੀ ਹੈਗੀ ਆ ਸਲਵਾਰ ਅਤੇ ਇੱਦਾਂ ਡਾਰਕ ਸ਼ੇਡ ਦੇ ਸੈਂਟਰ 'ਚ ਰਹੇਗਾ ਪਲੇਨ ਇਹ ਅਤੇ ਜਿਹੜਾ ਡਬਲ ਸ਼ੇਡ ਕੀਤਾ ਹੋਇਆ ਉਹਦਾ ਬਣਾਇਆ ਹੋਇਆ ਜੀ ਪੈਚ ਅਤੇ ਬਹੁਤ ਪਿਆਰੀ ਲੇਸਿਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਤੁਹਾਨੂੰ ਪੇਸਟਿੰਗ ਦੇ ਨਾਲ ਮਿਲਦੇ ਨੇ ਹੀ ਵੈਲਵਟ ਦੇ ਸੂਟ ਬਹੁਤ ਜੈਨੂਅਨ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਅਤੇ ਇਹਦੇ ਕਲਰ ਦਿਖਾਉਂਦੇ ਹਾਂ ਇਹ ਸੂਟ ਦੀ ਫੋਟੋ ਮਿਸ ਹੋ ਗਈ ਅਤੇ ਇਹ ਸੂਟ ਦਿਖਾਉਂਦੇ ਹਾਂ ਜੀ ਇਵੇਂ ਤੁਹਾਨੂੰ ਸਾਰੇ ਖੋਲ੍ਹ ਕੇ ਦਿਖਾ ਦਿੰਦੀ ਹਾਂ ਕਿਉਂਕਿ ਇਹਨਾਂ 'ਚ ਤੁਹਾਨੂੰ ਕਲਰ ਕੰਟਰਾਸਟ ਸਮਝ ਆ ਜਾਣਗੇ ਇਹ ਹੈਗਾ ਜੀ ਸੈਕਿੰਡ ਕਲਰ ਠੀਕ ਹੈ ਜੀ ਇਹ ਹੈਗੀ ਹੈ ਜੀ ਫੋਟੋ ਦੇਖੋ ਰਾਣੀ ਵਾਲਾ ਸਟਾਈਲ ਨੈਕਸਟ ਕਲਰ ਹੈਗਾ ਜੀ ਬਹੁਤ ਪਿਆਰਾ ਸ਼ੇਡ ਕਲਰ ਕੰਟਰਾਸਟ ਸਾਰੇ ਬਹੁਤ ਸੋਹਣੇ ਆ 4800 ਦਾ ਪਾਰਟੀ ਵੀਅਰ ਸੂਟ ਆ ਹਲੇ ਤਾਂ ਸਰਦੀ ਸ਼ੁਰੂ ਹੋ ਰਹੀ ਆ ਫਿਰ ਵੀ ਅਸੀਂ ਤੁਹਾਨੂੰ ਡਿਸਕਾਊਂਟ 'ਤੇ ਹੈਵੀ ਸੂਟ ਦੇ ਰਹੇ ਹਾਂ ਅਤੇ ਨੈਕਸਟ ਦੇ ਰਹੇ ਹਾਂ ਜੀ ਕਲਰ ਮਹਿੰਦੀ ਜੀ ਸ਼ੇਡ ਦੇ ਉੱਪਰ ਡਿਜ਼ਾਇਨਿੰਗ ਬਹੁਤ ਸੋਹਣੀ ਆ ਪਸ਼ਮੀਨੇ ਦੀਆਂ ਪਿਓਰ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਦੇਖੋ ਜੀ ਸੂਟ ਕਲਰ ਦੇਖੋ ਠੀਕ ਹੈ ਜੀ ਇਹ ਹੈਗੀ ਇਹਦੀ ਫੋਟੋ ਕਲਰ ਹੈਗਾ ਜੀ ਨਾਲ ਗ੍ਰੇ ਐਂਡ ਬਲੈਕ ਇਹਦਾ ਵੀ ਬਹੁਤ ਸੋਹਣਾ ਕਲਰ ਕੰਟਰਾਸਟ ਬਣਿਆ ਬਲੈਕ ਕਲਰ ਦੀ ਸਲਵਾਰ ਆ ਅਤੇ ਨਾਲ ਹੈਗਾ ਜੀ ਸਟੋਲ ਇਹ ਸੀਗੀ ਅੱਜ ਦੀ ਵੀਡੀਓ ਸਾਰੀ ਵੈਲਵਟ ਦੇ ਉੱਪਰ ਹੁਣ ਆਪਾਂ 2 ਦਿਨ ਦੀ ਵੀਡੀਓ ਐਡ ਕਰਾਂਗੇ ਇਹਨਾਂ ਦੇ ਨਾਲ ਕੂਪਨ ਵਾਲੀ ਇੱਕ ਅੱਜ ਦੀ ਅਤੇ ਇੱਕ ਜਿਹੜੀ ਮੇਰੀ ਕੱਲ੍ਹ ਵਾਲੀ ਵੀਡੀਓ ਰਹਿ ਗਈ ਸੀਗੀ ਉਹ ਰਸ਼ ਹੋਣ ਕਰਕੇ ਅਸੀਂ ਨਹੀਂ ਪਾ ਸਕੇ ਡਾਇਰੈਕਟਲੀ ਅਸੀਂ ਵੀਡੀਓ ਪਾ ਤੀ ਅਤੇ ਬਾਕੀ ਜੋ ਇਹਨਾਂ 'ਚ ਪਸੰਦ ਆ ਤੁਸੀਂ ਉਹਦੀ ਮੈਨੂੰ ਫੋਟੋ ਲੈ ਕੇ ਸੈਂਡ ਕਰ ਸਕਦੇ ਹੋ ਅਤੇ ਥੈਂਕ ਯੂ ਜੀ ਵੀਡੀਓ ਦੇਖਣ ਵਾਸਤੇ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਤੇ ਅਸੀਂ ਕੱਢ ਰਹੇ ਹਾਂ ਹੁਣ ਕੂਪਨ ਆਪਣੇ ਆਫਰ ਨੰਬਰ 13 ਅਤੇ 14 ਵਾਲੇ ਠੀਕ ਹੈ ਜੀ ਅਤੇ ਇਹਨਾਂ ਦੇ ਵਿੱਚੋਂ ਜਿਹੜੀ ਸਾਡੀ ਡਰੈਸਿਸ ਵਾਲੀ ਵੀਡੀਓ ਸੀਗੀਆਂ ਉਹ ਜਿਨ੍ਹਾਂ ਜਿਨ੍ਹਾਂ ਨੇ ਵੀ ਸਾਤੋਂ ਡਰੈਸਿਸ ਲਿਖੀਆਂ ਸੀ ਉਹਨਾਂ ਸਾਰਿਆਂ ਨੂੰ ਕੂਪਨ ਦੇ ਰਹੇ ਹਾਂ ਅਤੇ ਇਹ ਕੱਢਾਂਗੇ ਜੀ ਅਸੀਂ ਸਿਰਫ ਅੱਜ ਦੀ ਵੀਡੀਓ ਕੱਲ੍ਹ ਅਸੀਂ ਕੂਪਨ ਤਾਂ ਨਹੀਂ ਕੱਢੇ ਕਿਉਂਕਿ ਤਾਂ ਇੱਕ ਤਾਂ ਡਰੈਸਿਸ ਵਾਲੀਆਂ ਵੀਡੀਓ ਸੀਗੇ ਦੂਜਾ ਸਾਡੇ ਕੋਲ ਰਸ਼ ਕਾਫੀ ਸੀਗਾ ਤਾਂ ਕਰਕੇ ਵੀ ਅਸੀਂ ਕੂਪਨ ਕੱਢ ਪਾਏ ਜਿਨ੍ਹਾਂ ਨੇ ਵੀ ਡਰੈਸਿਸ ਲਿਖੀਆਂ ਅਸੀਂ ਉਹਨਾਂ ਸਾਰਿਆਂ ਨੂੰ ਕੂਪਨ ਦੇ ਰਹੇ ਹਾਂ ਕੂਪਨ ਨਹੀਂ ਮਤਲਬ ਕਿ ਗਿਫਟ ਦੇ ਹੀ ਰਹੇ ਹਾਂ ਠੀਕ ਹੈ ਜੀ ਅਤੇ ਅੱਜ ਕੱਢਾਂਗੇ ਆਪਾਂ ਕੱਲ੍ਹ ਵਾਲੀ ਵੀਡੀਓ 'ਤੇ ਜਿਹੜੀ ਹੁਣ ਪਾ ਰਹੀ ਹਾਂ ਉਸੇ ਵੀਡੀਓ ਦੇ ਕੂਪਨ ਠੀਕ ਹੈ ਜੀ
ਸਾਡੇ ਕੋਲ ਕਲਾਇੰਟ ਬੈਠੇ ਨੇ ਜੀ ਲਾਈਵ ਅੰਬਾਲੇ ਤੋਂ ਆਏ ਹੋਏ ਆ ਵੈਸੇ ਉਹ ਤੇ ਉਹ ਵੀ ਦੇਖ ਰਹੇ ਆ ਕਿ ਸਿਸਟਮ ਕਿੱਦਾਂ ਹੈ ਕਿਵੇਂ ਨਹੀਂ ਹੈ। ਇਹ ਹੈਗਾ ਜੀ 308 ਨੰਬਰ, ਠੀਕ ਹੈ 308 ਨੰਬਰ ਹੈਗਾ ਜੀ। ਇਹ ਹੈਗੇ ਨੇ ਸ਼ਿਲਪੀ ਸੋਨੀਪਤ ਤੋਂ ਨੇ, ਇਹਨਾਂ ਦੇ ਲਾਸਟ ਡਿਜਿਟ ਨੇ 84386। ਇਹ ਸ਼ਿਲਪੀ ਇਹਨਾਂ ਦਾ ਨਾਮ ਹੈ ਜੀ ਅਤੇ ਸੋਨੀਪਤ ਤੋਂ ਨੇ, ਲਾਸਟ ਡਿਜਿਟ 84386 ਇਹਨਾਂ ਦਾ ਫਸਟ ਪ੍ਰਾਈਸ ਹੈ ਜੀ। ਇਹਨਾਂ ਨੇ ਦੋ ਸੂਟ ਲਏ ਸੀਗੇ ਕੂਪਨ ਨੰਬਰ 308 ਅਤੇ 309। ਨੈਕਸਟ ਕੱਢਦੇ ਆਪਾਂ ਸੈਕਿੰਡ। ਇਹ ਹੈਗਾ ਜੀ 305, ਕੂਪਨ ਨੰਬਰ 305। ਇਹ ਹੈਗੇ ਨੇ ਜੀ ਇੰਗਲੈਂਡ ਤੋਂ ਨੇ, ਇਹਨਾਂ ਨੇ ਤਿੰਨ ਸੂਟ ਲਏ ਹੋਏ ਨੇ ਜੀ 305, 306, 307 ਇਹਨਾਂ ਦਾ ਕੂਪਨ ਨੰਬਰ ਆ ਅਤੇ ਇਹਨਾਂ ਦੇ ਲਾਸਟ ਡਿਜਿਟ ਨੇ 43804 ਇਹਨਾਂ ਦਾ ਲਾਸਟ ਡਿਜਿਟ ਨੇ, ਇਹਨਾਂ ਦਾ ਹੈਗਾ ਸੈਕਿੰਡ ਪ੍ਰਾਈਜ਼। ਆਪਾਂ ਕਰਦੇ ਹਾਂ ਥਰਡ। ਥਰਡ ਹੈਗਾ ਜੀ 330 ਨੰਬਰ, ਓਕੇ 330 ਨੰਬਰ। ਇਹ ਸਾਡੇ ਕੋਲ ਇਸ ਟਾਈਮ ਲਾਈਵ ਬੈਠੇ ਨੇ ਕਸਟਮਰ, ਅਤੇ ਮਤਲਬ ਇਹਨਾਂ ਨੇ ਜਸਟ ਹੁਣ ਸਾਡੇ ਤੋਂ ਸ਼ੋਪਿੰਗ ਕਰ ਰਹੇ ਨੇ ਇਸ ਟਾਈਮ ਬੈਠੇ ਬੈਠੇ। ਅਸੀਂ ਵੀਡੀਓ ਨੂੰ ਲੇਟ ਹੋ ਰਹੇ ਸੀ ਤਾਂ ਕਰਕੇ ਅਸੀਂ ਇਹਨਾਂ ਨੇ ਜਿੰਨੇ ਕੁ ਸੂਟ ਲਏ ਉਨੇ ਕੁ ਅਸੀਂ ਇਹਨਾਂ ਦੇ ਕੂਪਨ ਪਾ ਤੇ ਅਤੇ ਤੁਹਾਡੀ ਗੱਲ ਵੀ ਕਰਵਾ ਦਾਂਗੇ ਉਹਨਾਂ ਨਾਲ। ਅਤੇ ਇਹਨਾਂ ਦਾ ਕੂਪਨ ਨਿਕਲਿਆ ਜੇ ਅਤੇ ਲਾਸਟ ਡਿਜਿਟ ਨੇ 51681, ਇਹ ਅੰਬਾਲੇ ਤੋਂ ਨੇ ਇਹਨਾਂ ਦਾ ਥਰਡ ਪ੍ਰਾਈਸ। ਅਤੇ ਨੈਕਸਟ ਕੱਢਦੇ ਹਾਂ। ਫੋਰਥ ਪ੍ਰਾਈਸ 318 ਇਹ ਹੈਗੇ ਨੇ ਜੀ ਹਰਦੀਪ ਸਿੰਘ, ਇਹਨਾਂ ਦੇ ਲਾਸਟ ਡਿਜਿਟ ਨੇ 69165 ਇਹਨਾਂ ਦੇ ਲਾਸਟ ਡਿਜਿਟ ਨੇ, 318 ਇਹਨਾਂ ਦਾ ਫੋਨ ਨੰਬਰ ਆ ਅਤੇ ਫੋਰਥ ਇਹਨਾਂ ਦਾ ਕੂਪਨ ਨੰਬਰ ਆ ਜੀ, ਸੋਰੀ ਫੋਰਥ ਇਹਨਾਂ ਦਾ ਪ੍ਰਾਈਸ ਆ। ਅਤੇ ਲਾਸਟ ਕੱਢਦੇ ਹਾਂ ਆਪਾਂ ਲਾਸਟ ਹੈਗਾ ਜੀ 306 ਨੰਬਰ, 306 ਨੰਬਰ ਵੀ, ਕਿਉਂਕਿ ਅੱਜ ਕਾਫੀ ਸਾਰੇ ਕੂਪਨ ਨੇ, ਅੱਜ ਆਪਾਂ ਦੋ ਜਣਿਆਂ ਨੂੰ ਮਤਲਬ ਕਿ ਇੱਕੋ ਹੀ ਕੂਪਨ ਦੋ ਨੰਬਰ ਨੂੰ ਨਹੀਂ ਦੇਵਾਂ, ਇੱਕੋ ਹੀ ਨੰਬਰ ਨੂੰ ਦੋ ਕੂਪਨ ਨਹੀਂ ਦੇਵਾਂਗੇ। ਇਹਨਾਂ ਨੇ ਦੋ ਸੂਟ ਲਏ ਸੀਗੇ, ਸੋਰੀ ਤਿੰਨ ਲਏ ਸੀ, ਅਤੇ ਅੱਜ ਕਾਫੀ ਸਾਰੇ ਕੂਪਨ ਨੇ ਮੈਮ, ਤੁਹਾਨੂੰ ਇੱਕ ਨੰਬਰ ਕੂਪਨ ਨਿਕਲ ਗਿਆ 305 ਨੰਬਰ, ਸੋਰੀ ਹੈ ਜੀ। ਅਤੇ ਹੁਣ ਆਪਾਂ ਇੱਕ ਕੂਪਨ ਕਿਸੇ ਹੋਰ ਨੂੰ ਦੇਵਾਂਗੇ ਜੀ। ਤਿੰਨ ਸੌ ਛੱਬੀ ਨੰਬਰ ਹੈਗਾ ਜੀ। ਇਹ ਹੈਗੇ ਨੇ USA ਤੋਂ, ਇਹਨਾਂ ਨੇ ਲਏ ਨੇ 5 ਸੂਟ ਅਤੇ ਇਹਨਾਂ ਦੇ ਲਾਸਟ ਡਿਜਿਟ ਨੇ 3281 ਇਹਨਾਂ ਦੇ ਲਾਸਟ ਡਿਜਿਟ ਨੇ, ਇਹਨਾਂ ਦੇ ਹੈਗਾ ਜੀ 326 ਕੂਪਨ ਨੰਬਰ ਅਤੇ ਇਹਨਾਂ ਦਾ ਹੈਗਾ ਫਿਫਥ ਪ੍ਰਾਈਜ਼। ਹਾਂਜੀ, ਅਤੇ ਇਹ ਸੀਗੇ ਜੀ ਕੂਪਨ ਜਿਹੜੇ ਹੁਣ ਆਪਾਂ ਨੇ ਕੱਢੇ ਆ ਥੋੜ੍ਹਾ